ਸੀ ਕਹਿੰਦੇ 92 ਜਿਤਾ ਕੇ ਰਿਕਾਰਡ ਤੋੜਿਆ ਮੁੱਖ ਮੰਤਰੀ ਨੂੰ ਹੁਣ 13 ਦੀ ਕਿਉਂ ਲੋੜ ਪੈ ਗਈ ਹੋਰ ਕਿਉਂ ਮਤਲਬ ਜੇ ਸਾਡੇ 117 ਚੋਂ 92 ਆ ਗਏ ਸੀ ਐਮਪੀ ਛੱਡ ਦੇ ਕੱਲ ਨੂੰ ਤੁਸੀਂ ਕਹੋਗੇ ਤੁਹਾਡਾ ਇੱਕ ਜਿੱਤਿਆ ਸੀ ਉਹ ਤਾਂ ਭੱਜ ਗਿਆ ਤੇ ਭੱਜ ਗਿਆ ਸੀ ਫਿਰ ਤੇ ਅਸੀਂ ਹੁਣ ਕਿਸੇ ਦੇ ਮਸ਼ੀਨ ਲੱਗੀ ਹੋਈ ਆ ਜਿਹੜੇ ਹੁਣ 3-4 ਨੂੰ ਨਵਿਆਂ ਨੂੰ ਲਿਆਂਦਾ ਉਹਨਾਂ ਚੋਂ ਭੱਜ ਗਿਆ ਕੱਲ ਨੂੰ ਨਹੀਂ ਕੋਈ ਨਹੀਂ ਭੱਜਦਾ ਚੈੱਕ ਕਰਕੇ ਲਿਆਂਦੇ ਨੇ ਤੁਹਾਡੇ ਹਲਕੇ ਦੇ ਵਿੱਚੋਂ ਕਰਮਜੀਤ ਅਨਮੋਲ ਜੀ ਨੂੰ ਟਿਕਟ ਮਿਲੀ ਆ ਪਹਿਲਾਂ ਸਦੀਕ ਸਾਹਿਬ ਨੂੰ ਲੋਕਾਂ ਨੇ ਜਿਤਾਤਾ ਇਸ ਵਾਰੀ ਫਿਰ ਕਲੰਕਾਰਾਂ ਤੇ ਭਰੋਸਾ ਕਰ ਲੈਣਗੇ ਲੋਕ ਕਰਮਜੀਤ ਅਨਮੋਲ ਵਰਗੇ ਥੱਲਿਓਂ ਤਾਂ ਨੂੰ ਗਏ ਹੋਏ ਨੇ ਜਿਹੜੇ ਉਹ ਨੇ ਉਹ ਤਾਂ ਤੋਂ ਥੱਲੇ ਨੂੰ ਆਏ ਹੋਏ ਨੇ ਚੁਪਾਲ ਖਰਾ ਕਹਿੰਦੇ ਮੈਂ ਤੋੜਨਾ ਰਿਕਾਰਡ ਤੁਹਾਡੇ ਵਾਲਾ ਇੱਥੋਂ ਵਾਲਾ ਉਹਨਾਂ ਨੇ ਤੋੜ ਤਾਂ ਦਿੱਤਾ ਲਗਾਤਾਰ 10 ਪਿੰਡ ਗਣਾ ਤਾਂ ਦਿੱਤੇ ਤੀਜੇ ਤੇ ਅੜ ਗਏ ਇਦੂ ਹੋਰ ਕਾਰਡ ਹੋਰ ਕੀ ਤੋੜੂਗਾ 7-8 ਪਾਰਟੀਆਂ ਹੋ ਗਈਆਂ ਅਸੀਂ ਕੰਮ ਗਣਾਉਣੇ ਆ ਵੀ ਅਸੀਂ ਇਹ ਕੰਮ ਕੀਤਾ ਹੈ ਉਹ ਪਿਛਲੇ ਮੇਰੇ ਨਾਲ 25-30 ਸਾਲਾਂ ਤੋਂ ਮੁੱਦੇ ਹੀ ਚੱਕੀ ਜਾਂਦੇ ਆ ਜਦੋਂ ਕੋਈ ਸਰਕਾਰ ਬਣਨੀ ਹੁੰਦੀ ਆ ਉਦੋਂ ਦੂਜੇ ਪਾਸੇ ਭੱਜ ਜਾਂਦੇ ਨੇ ਉਹ ਸਿੱਧੂ ਹੁਣ ਪਹਿਲਾਂ ਸਾਰੀ ਭਾਜਪਾ ਨੂੰ ਲੜਾ ਗਿਆ ਫਿਰ ਸਾਰੀ ਕਾਂਗਰਸ ਨੂੰ ਲੜਾ ਤਾ ਹੁਣ ਸਾਰੀ ਕਾਂਗਰਸ ਨੂੰ ਲੜਾ ਕੇ ਹੁਣ ਆਪ IPL 'ਚ ਜਾ ਕੇ ਬਹਿ ਗਿਆ ਹੁਣ ਉੱਥੇ IPL 'ਚ ਵੀ ਲੜੀ ਜਾਂਦਾ ਤੁਹਾਡੇ ਦੋਸਤ ਨੇ ਮੀਤ ਹੈਰ 2 ਵਾਰ ਪਹਿਲਾਂ MLA ਜਿੱਤ ਗਏ ਮੰਤਰੀ ਵੀ ਬਣ ਗਏ ਇਸ ਵਾਰੀ MP ਬਣਨ ਜਾ ਰਹੇ ਆ ਤੁਸੀਂ ਕਹਿ ਰਹੇ ਹੋ ਕਿ ਜਿੱਤਣਗੇ ਤੇ ਇਹ ਤੁਹਾਨੂੰ ਲੱਗਦਾ ਉਹਨਾਂ ਦੀ ਪ੍ਰਮੋਸ਼ਨ ਹੈ ਕਿ ਡਿਮੋਸ਼ਨ ਹੈ ਪ੍ਰਮੋਸ਼ਨ ਆ ਇਹ 'ਚ ਡਿਮੋਸ਼ਨ ਵਾਲੀ ਕੋਈ ਗੱਲ ਹੀ ਨਹੀਂ ਕਿਸੇ ਦਾ ਮੋਢਾ ਉੱਤਰ ਜਾਂਦਾ ਸੀ ਕਿਸੇ ਦਾ ਗੋਡਾ ਉੱਤਰ ਜਾਂਦਾ ਸੀ ਕੋਈ ਕਹਿੰਦਾ ਮੈਂ ਜੀ ਤਾਂ ਨਹੀਂ ਬੋਲਦਾ ਮੇਰੀ ਆਪਦੀ ਪਾਰਟੀ ਨਾਲ ਜੇ ਬਣਦੀ ਨਹੀਂ ਗੀ ਕੋਈ ਕਹਿੰਦਾ ਜੀ ਹਾਈ ਕਮਾਂਡ ਨੇ ਪ੍ਰਧਾਨ ਚੇਂਜ ਕਰਤਾ ਦੂਜਾ ਕਰਤਾ ਕੋਈ ਕਹਿੰਦਾ ਜੀ ਮੈਂ ਤਾਂ ਕੈਪਟਨ ਨਾਲ ਸੀਗਾ ਆਮ ਆਦਮੀ ਪਾਰਟੀ ਨੇ ਸੰਗਰੂਰ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਅਤੇ ਵਰਕਰਾਂ ਨੂੰ ਮੀਟਿੰਗ ਦੇ ਵਿੱਚ ਇਹ ਅਪੀਲ ਕੀਤੀ ਹੈ ਕਿ ਮੀਤ ਹੇਅਰ ਜੋ ਉਮੀਦਵਾਰ ਨੇ ਮੰਤਰੀ ਵੀ ਨੇ ਉਹਨਾਂ ਨੂੰ ਵੋਟ ਪਾ ਕੇ MP ਜਿਤਾਓ ਉਹਨਾਂ ਦੇ ਮੀਤ ਹੇਅਰ ਦੇ ਜਿਹੜੇ ਕਲਾਸ ਫੈਲੋ ਨੇ ਦੋਸਤ ਨੇ ਉਹ ਸਾਡੇ ਨਾਲ ਮੌਜੂਦ ਨੇ MLA ਬਾਘਾ ਪੁਰਾਣਾ ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ MLA ਸਾਹਿਬ ਅੱਜ ਤੁਸੀਂ ਆਏ ਹੋ ਸੰਗਰੂਰ ਦੇ ਵਿੱਚ ਕੀ ਮਾਹੌਲ ਲੱਗਿਆ ਇੱਥੇ ਬਹੁਤ ਵਧੀਆ ਲੱਗਿਆ ਜੀ ਮੈਂ ਤਾਂ ਅੱਜ ਵੈਸੇ ਹੀ ਦੇਖਣ ਆਇਆ ਸੀਗਾ ਅਤੇ ਕੋਈ ਉਦੋਂ ਬਾਅਦ ਮੰਤਰੀ ਸਾਹਿਬ ਨੂੰ ਮੀਤ ਹੇਅਰ ਜੀ ਨੂੰ ਆਉਣ ਵਾਲੇ MP ਨੇ ਸਾਡੇ ਉਹਨਾਂ ਨੂੰ ਮਿਲਣਾ ਸ਼ਾਮ ਨੂੰ ਪ੍ਰੋਗਰਾਮ ਨੇ ਪਰ ਮੈਂ ਇੱਕ ਦੇਖ ਕੇ ਹੈਰਾਨ ਰਹਿ ਗਿਆ ਜਿੰਨਾ ਹਾਲ ਅੰਦਰ ਭਰਿਆ ਉਹਨੇ ਲੋਕ ਬਾਹਰ ਖੜ੍ਹੇ ਨੇ ਅਤੇ ਉਨੇ ਮਾਨ ਸਾਹਿਬ ਨਾਲ ਰੋਡ ਸ਼ੋਅ 'ਤੇ ਤੁਰੇ ਫਿਰਦੇ ਨੇ ਇਹ ਬੜੀ ਹੈਰਾਨਗੀ ਦੀ ਗੱਲ ਆ ਵੀ ਇੰਨਾ ਇਕੱਠ ਇੰਨਾ ਲੋਕਾਂ ਦਾ ਪਿਆਰ ਇੰਨਾ ਜੋਸ਼ ਵਾਕਈ ਸੰਗਰੂਰ ਆ ਅਸੀਂ ਤਾਂ ਇੱਥੋਂ ਦੇ ਵਰਕਰਾਂ ਦੇ ਦਰਸ਼ਨ ਕਰਨ ਆਉਣੇ ਆ ਕਿਉਂਕਿ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਜੜ ਲਾਈ ਆ ਅਤੇ ਮੈਂ ਤਾਂ ਇਸੇ ਸੰਬੰਧ ਦੇ ਵਿੱਚ ਅਸੀਂ ਇੱਥੇ ਪਹੁੰਚੇ ਸੀ ਅੱਜ ਤੁਹਾਡੇ ਦੋਸਤ ਨੇ ਮੀਤ ਹੇਅਰ 2 ਵਾਰ ਪਹਿਲਾਂ MLA ਜਿੱਤ ਗਏ ਮੰਤਰੀ ਵੀ ਬਣ ਗਏ ਇਸ ਵਾਰੀ MP ਬਣਨ ਜਾ ਰਹੇ ਆ ਤੁਸੀਂ ਕਹਿ ਰਹੇ ਹੋ ਕਿ ਜਿੱਤਣਗੇ ਅਤੇ ਇਹ ਤੁਹਾਨੂੰ ਲੱਗਦਾ ਉਹਨਾਂ ਦੀ ਪ੍ਰਮੋਸ਼ਨ ਹੈ ਕਿ ਡਿਮੋਸ਼ਨ ਹੈ ਪ੍ਰਮੋਸ਼ਨ ਆ ਜੀ ਮੰਤਰੀ ਤੋਂ MP ਬਣਨਾ ਹਾਂ ਪ੍ਰਮੋਸ਼ਨ ਆ ਅੱਜ ਉਹ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬੈਠਦੇ ਸੀ ਪਰ ਹੁਣ ਸਾਨੂੰ ਲੋੜ ਆ ਚੰਗੇ ਬੁਲਾਰੇ ਪੜ੍ਹੇ ਲਿਖੇ ਲੋਕ ਦੇਸ਼ ਦੀ ਸੰਸਦ ਵਿੱਚ ਬੈਠਣ ਤਾਂ ਪ੍ਰਮੋਸ਼ਨ ਆ ਇਹ 'ਚ ਡਿਮੋਸ਼ਨ ਵਾਲੀ ਕੋਈ ਗੱਲ ਹੀ ਨਹੀਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਜਿਹੜੇ ਸਭ ਤੋਂ ਵਧੀਆ ਜਿਹੜੇ ਸਭ ਤੋਂ ਚੰਗੇ ਲੋਕ ਸੀਗੇ ਉਹ ਲੋਕ ਸਭਾ ਦੇ ਵਿੱਚ ਸਿਲੈਕਟ ਕੀਤੇ ਨੇ ਉਹ ਭੇਜੇ ਨੇ ਉੱਥੇ ਜਾ ਕੇ ਪੰਜਾਬ ਦਾ ਪੱਖ ਰੱਖਣਗੇ ਨਹੀਂ ਤਾਂ ਜਿਹੜੇ ਪੁਰਾਣੇ ਸੀ ਜਿੰਨੇ ਸੀ ਨਾ ਕਿਸੇ ਨੂੰ ਮੁੱਦਾ ਪਤਾ ਸੀ ਨਾ ਕਿਸੇ ਨੂੰ ਗੱਲ ਲੋਕ ਇੱਥੋਂ ਪਿੱਟਦੇ ਮਰ ਗਏ ਵੀ ਯਾਰ ਸਾਡੀ ਕੋਈ ਗੱਲ ਹੀ ਕਰ ਲਓ ਸਾਡੀ ਕੋਈ ਗੱਲ ਹੀ ਕਰ ਲਓ ਠੀਕ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਲੇਕਿਨ ਪਹਿਲਾ 1.5 ਸਾਲ ਜਿਹੜੇ MP ਸਾਡਾ ਤਾਂ ਕੋਈ 1 ਹੀ ਸੀਗਾ ਬਾਕੀ ਤਾਂ ਕਾਂਗਰਸ ਦੇ ਰਹੇ ਕੀ ਗੱਲ ਉਹ ਪੂਰਾ 1.5 ਸਾਲ RDF ਫੰਡਾਂ ਦੀ ਗੱਲ ਨਹੀਂ ਸੀ ਕਰ ਸਕਦੇ ਜਿਹੜੇ ਸਾਡੇ ਕਿਸਾਨਾਂ 'ਤੇ ਅੱਤਿਆਚਾਰ ਹੋਇਆ ਉਹਦੀ ਗੱਲ ਨਹੀਂ ਸੀ ਕਰ ਸਕਦੇ ਜਿਹੜੇ ਸਾਡੇ ਇਹਦੇ ਹੋਸਪਿਟਲਾਂ ਦੇ ਪੈਸੇ ਰੋਕੇ ਨੇ ਉਹਦੀ ਗੱਲ ਨਹੀਂ ਸੀ ਕਰ ਸਕਦੇ ਤਾਂ ਹਜ਼ਾਰਾਂ ਮੁੱਦੇ ਸੀ ਇਹੋ ਜਿਹੇ ਜਿਹਦੀ ਉਹ ਗੱਲ ਕਰ ਸਕਦੇ ਸੀ ਪਰ ਮਾਂ ਦੇ ਪੁੱਤ ਬੋਲੇ ਹੀ ਨਹੀਂ ਕਿਸੇ ਦਾ ਮੋਢਾ ਉੱਤਰ ਜਾਂਦਾ ਸੀ ਕਿਸੇ ਦਾ ਗੋਡਾ ਉੱਤਰ ਜਾਂਦਾ ਸੀ ਕੋਈ ਕਹਿੰਦਾ ਮੈਂ ਜੀ ਤਾਂ ਨਹੀਂ ਬੋਲਦਾ ਮੇਰੀ ਆਪਦੀ ਪਾਰਟੀ ਨਾਲ ਜੇ ਬਣਦੀ ਨਹੀਂ ਗੀ ਕੋਈ ਕਹਿੰਦਾ ਜੀ ਹਾਈ ਕਮਾਂਡ ਨੇ ਪ੍ਰਧਾਨ ਚੇਂਜ ਕਰਤਾ ਦੂਜਾ ਕਰਤਾ ਕੋਈ ਕਹਿੰਦਾ ਜੀ ਮੈਂ ਤਾਂ ਕੈਪਟਨ ਨਾਲ ਸੀਗਾ ਉਹਨਾਂ ਦੀ ਵਾਈਫ ਮੈਂ ਤੁਹਾਨੂੰ ਦੱਸਦਾ
ਉਹ ਵਾਈਫ ਕਹਿੰਦੇ ਉਹ ਕਹਿੰਦੀ ਮੈਂ ਤਾਂ ਸਮਝ ਨਹੀਂ ਲੱਗਦੀ, ਉਹ ਐਮ ਪੀ ਬਣ ਕੇ ਜਿਤਾ ਤੇ ਲੋਕਾਂ ਨੇ, ਘਰ ਵਾਲਾ ਬੀਜੇਪੀ ਚੜ ਗਿਆ, ਉਹ ਲੋਕ ਸਭਾ ਦੇ ਵਿੱਚ ਕਾਂਗਰਸ ਵੱਲੋਂ ਬੋਲੀ ਜਾਂਦੇ ਨੇ, ਘਰੇ ਇਕੱਠੇ ਰਹਿੰਦੇ ਨੇ, ਤਾਂ ਜਿਹੜੇ ਖਿਚੜੀ ਜੀ ਸੀਗੀ ਨਾ ਉਹ ਸਮਾਪਤ ਹੋਣੀ ਆ। ਸਭ ਤੋਂ ਧੜੱਲੇਦਾਰ ਅਤੇ ਵਧੀਆ ਪੰਜਾਬ ਦੀ, ਜਿਵੇਂ ਆਮ ਆਦਮੀ ਪਾਰਟੀ ਨੇ ਪੁਰਾਣੇ ਸਾਰੇ ਰਿਕਾਰਡ ਤੋੜੇ ਆ, ਉਸੇ ਤਰ੍ਹਾਂ ਲੋਕ ਸਭਾ ਦੇ ਵਿੱਚ ਵੀ ਜਦੋਂ 13 ਦੇ 13 ਪੰਜਾਬ ਵਾਲੇ ਜਾਣਗੇ, ਇਹ ਵੀ ਪਿਛਲੇ 70-80 ਸਾਲਾਂ ਰਿਕਾਰਡ ਤੋੜਨਗੇ, ਉੱਥੇ ਮੁੱਦਿਆਂ ਦੀ ਗੱਲ ਕਰਨਗੇ ਵਧੀਆ ਤਰੀਕੇ ਨਾਲ। 92 ਜਿਤਾ ਕੇ ਰਿਕਾਰਡ ਤੋੜਿਆ, ਮੁੱਖ ਮੰਤਰੀ ਨੂੰ ਹੁਣ 13 ਦੀ ਕਿਉਂ ਲੋੜ ਪੈ ਗਈ ਹੋਰ? ਕਿਉਂ ਮਤਲਬ ਜੇ ਸਾਡੇ 100-117 ਚੋਂ 92 ਆ ਗਏ ਸੀ ਐਮ ਪੀ ਛੱਡ ਕੇ, ਕਮਾਲ ਦੀ ਗੱਲ ਕਰਦੇ ਹੋ ਯਾਰ, ਇਲੋਜਿਕ ਗੱਲ ਕਦੋਂ ਕਰਦੇ ਹੁੰਦੇ ਹੋ? 13 ਦੇ 13 ਵੀ ਚਾਹੀਦੇ ਨੇ, 92 ਦੇ 92 ਚਾਹੀਦੇ ਨੇ, 92 ਪੰਜਾਬ ਵਾਲਾ ਕੰਮ ਕਰਨਗੇ, 13 ਉੱਥੋਂ ਥਾਂ ਵਾਲਾ ਕੰਮ ਕਰਨਗੇ। ਅੱਛਾ, ਇਹ ਕੱਲ੍ਹ ਨੂੰ ਤੁਸੀਂ ਕਹੋਗੇ ਤੁਹਾਡਾ ਇੱਕ ਜਿੱਤਿਆ ਸੀ ਉਹ ਤਾਂ ਭੱਜ ਗਿਆ, ਭੱਜ ਗਿਆ ਸੀ ਫਿਰ, ਅਤੇ ਅਸੀਂ ਹੁਣ ਕਿਸੇ ਦੇ ਮਸ਼ੀਨ ਲੱਗੀ ਵੀ ਆ, ਜਿਹੜੇ ਹੁਣ 3-4 ਨੂੰ ਨਵਿਆਂ ਨੂੰ ਲਿਆਂਦਾ ਉਹਨਾਂ 'ਚੋਂ ਭੱਜ ਗਿਆ ਕੱਲ੍ਹ ਨੂੰ? ਨਹੀਂ ਕੋਈ ਨਹੀਂ ਭੱਜਦਾ, ਚੈੱਕ ਕਰਕੇ ਲਿਆਂਦੇ ਨੇ ਸਾਰੇ। ਹਾਂ, ਹੁਣ ਪਹਿਲਾਂ ਗੱਲ ਕੀਤੀ ਆ, ਬਾਕੀ ਜੇ ਕੋਈ ਭੱਜ ਜੇ, ਦੇਖੋ ਇੱਕ ਤੁਹਾਨੂੰ ਸਪਸ਼ਟ ਗੱਲ ਦੱਸਦੇ ਹਾਂ, ਰਾਜਨੀਤੀ ਦੇ ਵਿੱਚ ਕਿਸੇ ਦੇ ਅੰਦਰ ਕੁਛ ਨਹੀਂ, ਮੈਨੂੰ ਨਹੀਂ ਪਤਾ ਤੁਸੀਂ ਮੇਰੇ ਕੋਲ ਆਏ ਹੋ ਤੁਹਾਡੇ ਅੰਦਰ ਕੀ ਆ, ਤੁਹਾਨੂੰ ਮੇਰੇ ਅੰਦਰ ਨਹੀਂ ਪਤਾ ਕੀ ਆ। ਹਾਂ, ਜਿਹੜੇ ਲੋਕ ਨੇ, ਹਾਂ ਤੁਹਾਡੀ ਸੋਚ ਆਈਡੀਓਲੋਜੀ ਉਹ ਸੇਮ ਹੋਣੀ ਚਾਹੀਦੀ ਆ, ਤਾਂ ਜੇ ਤੁਹਾਡੀ ਉਸ ਸੋਚ ਤੋਂ ਕੋਈ ਪਾਸੇ ਜਾਂਦਾ ਤਾਂ ਫਿਰ ਲੋਕ ਤਾਂ ਸੋਚ ਨਾਲ ਖੜੇ ਨੇ ਨਾ, ਲੋਕ ਤਾਂ ਪਾਰਟੀ ਨਾਲ ਖੜੇ ਨੇ। ਤੁਸੀਂ ਲੋਕ ਭਰੋਸਾ ਕਰਕੇ ਲਿਆਉਂਦੇ ਹੋ, ਜੇ ਲੋਕਾਂ ਨੇ ਵੀ ਭਰੋਸਾ ਕਰਕੇ ਉਹਨਾਂ ਨੂੰ ਵੋਟਾਂ ਪਾ ਦੀਆਂ, ਲੋਕਾਂ ਨਾਲ ਧੋਖਾ ਹੋਇਆ ਕਿ ਪਾਰਟੀ ਨਾਲ ਧੋਖਾ ਹੋਇਆ ਜਿਹੜੇ ਭੱਜੇ? ਦੇਖੋ ਉਹ ਤਾਂ ਉਹਨਾਂ ਦੇ ਆਪਦੇ ਕੈਰੀਅਰ ਖਰਾਬ ਹੋਏ ਨੇ, ਐਤਕੀ ਤੁਸੀਂ ਦੇਖ ਲਿਓ ਕੀ ਬਣਦਾ ਕੀ ਆ ਉਹਨਾਂ ਦਾ ਜਿਹੜੇ ਭੱਜੇ ਨੇ, ਉਹਨਾਂ ਦੇਖ ਲਓ ਕੀ ਬਣਦਾ ਉਹਨਾਂ ਦਾ। ਤੁਹਾਡੇ ਹਲਕੇ ਦੇ ਵਿੱਚੋਂ ਕਰਮਜੀਤ ਅਨਮੋਲ ਜੀ ਨੂੰ ਟਿਕਟ ਮਿਲੀ ਆ, ਪਹਿਲਾਂ ਸਦੀਕ ਸਾਹਿਬ ਨੂੰ ਲੋਕਾਂ ਨੇ ਜਿਤਾਤਾ, ਇਸ ਵਾਰੀ ਫਿਰ ਕਲਾਕਾਰਾਂ 'ਤੇ ਭਰੋਸਾ ਕਰ ਲੈਣਗੇ ਲੋਕ? ਕਲਾਕਾਰ ਉਹ ਨਹੀਂ ਹੁੰਦੇ ਯਾਰ, ਇੱਕ ਕਲਾਕਾਰ ਹੁੰਦਾ ਤਾਂ ਤੋਂ ਥੱਲੇ ਨੂੰ ਆਉਂਦਾ, ਇੱਕ ਕਲਾਕਾਰ ਥੱਲਿਓਂ ਤਾਂ ਉਹਨੂੰ ਜਾਂਦਾ। ਜਿਹੜੇ ਸਾਡੇ ਕੋਲ ਨੇ ਭਗਵੰਤ ਸਿੰਘ ਮਾਨ ਵਰਗੇ, ਕਰਮਜੀਤ ਅਨਮੋਲ ਵਰਗੇ ਥੱਲਿਓਂ ਤਾਂ ਉਹਨੂੰ ਗਏ ਹੋਏ ਨੇ, ਜਿਹੜੇ ਉਹ ਨੇ ਉਹ ਤਾਂ ਤੋਂ ਥੱਲੇ ਨੂੰ ਆਏ ਹੋਏ ਨੇ, ਉਹ ਸੰਨੀ ਦਿਓਲ ਵਰਗੇ ਨੇ, ਉਹ ਹੰਸਰਾਜ ਵਰਗੇ ਨੇ, ਤਾਂ ਥੱਲਿਓਂ ਤਾਂ ਜਾਣਾ, ਤਾਂ ਚੋਂ ਥੱਲੇ ਵਾਲਿਆਂ 'ਚ ਫਰਕ। ਹੰਸਰਾਜ ਹੰਸ ਵੀ ਤੁਹਾਡੇ ਇਲਾਕੇ 'ਚੋਂ ਖੜੇ ਆ? ਹੰਸਰਾਜ ਹੰਸ ਸਾਡੇ 'ਚੋਂ ਬੀਜੇਪੀ 'ਚੋਂ ਖੜੇ ਨੇ, ਉਹ ਖੜੇ ਨਹੀਂ ਗਏ, ਉਹ ਤਾਂ ਖੜਾਇਆ ਵਿਚਾਰੇ ਨੂੰ, ਉਹ ਕੱਲ੍ਹ ਕਹਿੰਦੇ ਸੀ, ਕਹਿੰਦੇ ਉਹ ਮਤਲਬ ਮੈਨੂੰ ਪਿੰਡਾਂ 'ਚ ਨਹੀਂ ਬਣਨ ਦਿੰਦੇ ਕਦੇ। ਚਲੋ ਉਹ ਕੀ, ਚੱਲ ਕਾਹਨੂੰ ਗੱਲ ਕਰਨੀ ਯਾਰ, ਐਵੇਂ ਜੇ ਜਿਹਦਾ ਹੈ ਹੀ ਕੁਛ ਨਹੀਂ ਉਹਦੀ ਗੱਲ ਕਿਉਂ ਕਰਨੀ? ਠੀਕ ਹੈ, ਅਤੇ ਹੁਣ ਤੁਸੀਂ ਫਰੀਦਕੋਟ ਅਤੇ ਸੰਗਰੂਰ ਦੇ ਵਿੱਚੋਂ ਕੀ ਪੁਜੀਸ਼ਨ ਦੇਖਦੇ ਪਾਰਟੀ? ਸੰਗਰੂਰ ਆ, ਜਦੋਂ ਮੈਂ ਸੰਗਰੂਰ ਆਇਆ ਮੈਨੂੰ ਐਂ ਲੱਗਦਾ ਵੀ ਸੰਗਰੂਰ ਸਭ ਤੋਂ ਵੱਧ ਲੀਡ ਕੱਢੂਗਾ, ਜਦੋਂ ਮੈਂ ਫਰੀਦਕੋਟ ਜਾਂਦਾ ਮੈਨੂੰ ਐਂ ਲੱਗਦਾ ਫਰੀਦਕੋਟ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਆਊਗਾ। ਇੱਕ ਦਿਨ ਮੈਂ ਉੱਧਰ ਗੁਰਦਾਸਪੁਰ ਮਾੜਾ ਜਿਹਾ ਕੋਈ ਗੇੜਾ ਮਾਰਨ ਗਿਆ ਸੀ, ਉੱਥੇ ਵੀ ਕੱਟ ਸੀਗਾ, ਉੱਥੇ ਮੈਨੂੰ ਇਹ ਲੱਗਿਆ ਵੀ ਇਹ ਪਹਿਲੇ ਨੰਬਰ 'ਤੇ ਆਊਗਾ। ਮੈਨੂੰ ਤਾਂ ਲੱਗਦਾ ਹੁਣ ਸਾਡੇ ਜਿਹੜੀਆਂ 13 ਜਿਹੜੀਆਂ ਲੋਕ ਸਭਾ 'ਚ, ਇਹ 'ਚ ਸਾਰੇ ਜਿੰਨੇ ਕੈਂਡੀਡੇਟ ਨੇ ਉਹਨਾਂ ਦਾ ਇੱਕ ਦੂਜੇ ਨਾਲ ਹੀ ਮੁਕਾਬਲਾ ਵੀ ਸਭ ਤੋਂ ਵੱਧ ਲੀਡ 'ਤੇ ਕਿਹੜਾ। ਜਦੋਂ ਅੱਜ ਮੰਤਰੀ ਸਾਹਿਬ ਮੀਤ ਹੇਅਰ ਜੀ ਨੇ ਤਾਂ ਸਟੇਜ ਤੋਂ ਮਾਨ ਸਾਹਿਬ ਨੂੰ ਕਹਿਤਾ, ਕਹਿੰਦੇ ਮਾਨ ਸਾਹਿਬ ਜੀ ਤੁਹਾਡੇ ਵਾਲਾ ਰਿਕਾਰਡ ਵੀ ਮੈਂ ਤੋੜੂ, ਗੁੱਸਾ ਨਾ ਕਰ, ਗੁੱਸਾ ਨਾ ਕਰ, ਮੈਂ ਤੋੜਨਾ ਰਿਕਾਰਡ ਤੁਹਾਡੇ ਵਾਲਾ ਇੱਥੋਂ ਵਾਲਾ। ਉਹਨਾਂ ਨੇ ਤੋੜ ਤਾਂ ਦਿੱਤਾ, ਲਗਾਤਾਰ 10 ਪਿੰਡ ਗਣਾ ਤਾਂ ਦਿੱਤੇ, ਤੀਜੇ 'ਤੇ ਅੜ ਗਏ, ਉਹ ਇਦੂ ਹੋਰ ਰਿਕਾਰਡ ਹੋਰ ਕੀ ਤੋੜੂਗਾ, 7-8 ਪਾਰਟੀਆਂ ਹੋ ਗਈਆਂ। ਪਰ ਚਲੋ ਇੱਕ ਚੀਜ਼ ਬਹੁਤ ਇੰਪੋਰਟੈਂਟ ਆ, ਤੁਸੀਂ ਸਾਡੀਆਂ ਸਟੇਜਾਂ ਕਵਰ ਕਰਦੇ ਹੋ, ਸਟੇਜਾਂ ਦੇਖਿਓ, ਅੱਜ ਵੀ ਸਟੇਜ ਦੇਖੀ, ਉਹ 'ਚ ਅਸੀਂ ਸਾਰੇ ਬੰਦੇ ਕੰਮ ਕਰਾਉਣੇ ਆ, ਅਸੀਂ ਬਿਜਲੀ ਫਰੀ ਕੀਤੀ, ਅਸੀਂ ਨੌਕਰੀਆਂ ਦਿੱਤੀਆਂ ਨੇ, ਅਸੀਂ ਟੋਲ ਪਲਾਜ਼ੇ ਬੰਦ ਕੀਤੇ ਨੇ, ਅਸੀਂ ਨਹਿਰੀ ਪਾਣੀ ਵਧਾਇਆ, ਅਸੀਂ ਸਿਸਟਮ ਵਧੀਆ ਕੀਤਾ, ਅਸੀਂ ਜਿਹੜਾ ਕੋਈ ਫੌਜੀ ਸਿੰਘ ਸੀ ਅਸੀਂ ਮਤਲਬ ਅਸੀਂ ਕੰਮ ਕਰਦੇ ਹਾਂ ਨਾਂ ਲੈ ਕੇ, ਵੀ ਅਸੀਂ ਇਹ ਕੀਤਾ ਇਹ ਕੀਤਾ, ਉਹ ਕੀ ਕਰਦੇ ਨੇ ਛਾਤੀ 'ਤੇ ਹੱਥ ਰੱਖ ਕੇ, ਅਸੀਂ ਆਹ ਮੁੱਦਾ ਚੱਕਿਆ, ਆਹ ਮੁੱਦਾ ਚੱਕਿਆ, ਆਹ ਮੁੱਦਾ, ਉਹ ਮੁੱਦੇ ਚੱਕਣ ਨਾਲ ਕੀ ਹੁੰਦਾ, ਮੁੱਦੇ ਥੋੜ੍ਹੇ ਤਾਂ ਤੁਰੇ ਫਿਰਦੇ ਨੇ, ਕੋਈ ਥੱਲੇ ਵੀ ਰੱਖ ਲਓ, ਕੋਈ ਇੰਪਲੀਮੈਂਟ ਵੀ ਕਰ ਲਓ, ਤਾਂ ਸਾਡਾ ਅਤੇ ਉਹਨਾਂ ਦਾ ਇਹ ਫਰਕ ਆ, ਅਸੀਂ ਕੰਮ ਗਣਾਉਣੇ ਆ ਵੀ ਅਸੀਂ ਇਹ ਕੰਮ ਕੀਤਾ ਹੈ। ਉਹ ਪਿਛਲੇ ਮੇਰੇ ਨਾਲ 25-30 ਸਾਲਾਂ ਤੋਂ ਮੁੱਦੇ ਚੱਕੀ ਜਾਂਦੇ ਆ, ਜਦੋਂ ਕੋਈ ਸਰਕਾਰ ਬਣਨੀ ਹੁੰਦੀ ਆ ਉਦੋਂ ਉਹ ਦੂਜੇ ਪਾਸੇ ਭੱਜ ਜਾਂਦੇ ਨੇ, ਤਾਂ ਉਹ ਇਹ ਪਹਿਲਾਂ ਇਹ ਖਹਿਰਾ ਸਾਹਿਬ ਹੋ ਗਏ, ਇਹ ਸਿੱਧੂ ਨਵਜੋਤ ਸਿੱਧੂ ਹੋ ਗਏ, ਉਹ ਸਿੱਧੂ ਹੁਣ ਪਹਿਲਾਂ ਸਾਰੀ ਭਾਜਪਾ ਨੂੰ ਲੜਾ ਗਿਆ, ਫਿਰ ਸਾਰੀ ਕਾਂਗਰਸ ਨੂੰ ਲੜਾਤਾ, ਹੁਣ ਸਾਰੀ ਕਾਂਗਰਸ ਨੂੰ ਲੜਾ ਕੇ ਹੁਣ ਆਪ IPL 'ਚ ਜਾ ਕੇ ਬਹਿ ਗਿਆ, ਹੁਣ ਉੱਥੇ IPL 'ਚ ਵੀ ਲੜੀ ਜਾਂਦਾ,
ਉੱਥੇ ਉਹ ਕਹਿੰਦੇ ਕੋਹਲੀ ਦੀ ਕਹਿੰਦੇ ਨੋ ਬਾਲ ਸੀ, ਉਹ ਸਾਰੇ ਅੰਪਾਇਰ ਵੀ ਕਹਿੰਦੇ ਨੋ ਬਾਲ ਸੀ, ਇਕੱਲਾ ਹੀ ਲਾਈਵ ਹੋ ਗਿਆ, ਕਹਿੰਦਾ ਮੇਰੇ ਹਿਸਾਬ ਨਾਲ ਤਾਂ ਹੈਣੀ ਸੀ ਕਹਿੰਦਾ। ਤਾਂ ਇਹੋ ਜਿਹੇ ਲੀਡਰ ਨੇ, ਪਰ ਜਿਹੜੇ ਹੁਣ ਲੋਕਾਂ ਦੇ ਚੁਣੇ ਹੋਏ ਲੀਡਰ ਆ ਨਾ, ਜਿਹੜੇ ਲੋਕਾਂ ਦੇ ਵਿੱਚੋਂ ਗਏ ਆ ਮੀਤ ਹਜ਼ਾਰ ਵਰਗੇ, ਤਾਂ ਇਹ ਹੁਣ ਪੰਜਾਬ ਦੀ ਅਤੇ ਦੇਸ਼ ਦੀ ਕਿਸਮਤ ਬਦਲਣਗੇ, ਆਖਰੀ ਸਵਾਲ ਨੇ ਕੁਛ ਨਹੀਂ ਕਰਨਾ। ਅਤੇ ਇੱਥੋਂ ਐਮ ਪੀ ਨੇ ਮੌਜੂਦਾ ਸਿਮਰਨਜੀਤ ਸਿੰਘ ਮਾਨ, ਉਹ ਕਹਿੰਦੇ ਮੇਰਾ ਤਾਂ ਕਿਸੇ ਨਾਲ ਮੁਕਾਬਲਾ ਹੀ ਨਹੀਂ, ਭਾਵੇਂ ਸੋਨੀਆ ਗਾਂਧੀ ਅਤੇ ਮੋਦੀ ਨੂੰ ਲਿਆਓ। ਹਾਂ, ਅਤੇ ਫਿਰ ਉਹ ਤਾਂ ਉਹਨਾਂ ਨੂੰ ਪੁੱਛੋ ਨਾ, ਉਹ ਕਹਿੰਦੇ ਤਾਂ ਉਹ ਮੇ ਵੀ ਹੋ ਸਕਦਾ ਉਹਨਾਂ ਦਾ ਕਿਸੇ ਨਾਲ ਮੁਕਾਬਲਾ ਨਾ ਹੋਵੇ। ਠੀਕ ਹੈ ਜੀ, ਤਾਂ ਇਹ ਸਨ ਐੱਮ ਐੱਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ, ਜੋ ਮੀਤ ਹਜ਼ਾਰ ਦੇ ਦੋਸਤ ਵੀ ਨੇ ਅਤੇ ਸਰਕਾਰ ਦੇ ਵਿੱਚ ਐੱਮ ਐੱਲ ਏ ਨੇ, ਉਹਨਾਂ ਨੇ ਗੱਲਬਾਤ ਕੀਤੀ ਆ। ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ।